ਸਰ ਆਪਾਂ ਸੁਣਿਆ ਤੁਸੀਂ ਮੋਦੀ ਨੂੰ ਚੈਲੇਂਜ ਕਰਤਾ ਸੀਗਾ। ਸਾਨੂੰ ਬਹੁਤ ਅਫਸੋਸ, ਸਾਡੇ ਬਹੁਤ ਪੈਸੇ ਲੱਗ ਗਏ, ਅਸੀਂ ਬਰਬਾਦ ਹੋ ਗਏ। ਤੁਹਾਡੀ ਪਾਰਟੀ 'ਚ ਭਾਬੀ ਜੀ ਵੀ ਹੈ ਕਿ ਮੈਂ ਸੰਵਿਧਾਨ ਦੇ ਰਕਸ਼ਾ ਨੂੰ ਨਹੀਂ ਮੰਨਦਾ ਅਤੇ ਅਸੀਂ ਉਸ ਬੰਦੇ ਨੂੰ ਬਿਲਕੁਲ ਨਹੀਂ ਮੰਨਦੇ, ਚਾਹੇ ਜਿਹੜਾ ਮਰਜ਼ੀ ਹੈ। ਪੈਟਰੋਲ ਪੰਪ ਮੇਰੀ ਵਾਈਫ ਦਾ ਚੋ ਨਿਸ਼ਾਨ ਹੈਗਾ, ਆਟੋ ਰਿਕਸ਼ਾ ਅਤੇ ਮੇਰਾ ਪੈਟਰੋਲ ਪੰਪ ਹੈ, ਅਤੇ ਸਾਡੇ ਨਾਲ ਗੁਰਪ੍ਰੀਤ ਭਾਅ ਜੀ ਐਡਵੋਕੇਟ ਹੈ, ਉਹਨਾਂ ਦਾ ਨਾਂ ਹੈਕੀ ਅਤੇ ਹਾਕੀ ਅਤੇ ਬੋਲ। ਇੱਕ ਵਾਰੀ ਮੇਰੇ ਬਾਰੇ ਮੈਨੂੰ ਵੀ ਬਣਾ ਕੇ ਦੇਖੋ, ਮੈਂ ਜੇ 4 ਘੰਟੇ 'ਤੇ ਪ੍ਰਧਾਨ ਮੰਤਰੀ ਬਣ ਗਿਆ, ਮੈਂ ਪੂਰਾ ਦੇਸ਼ ਅਤੇ ਪੂਰਾ ਇੰਡੀਆ ਅਮੀਰ ਕਰਾਂਗਾ। ਜੇ ਮੈਂ ਤੁਸੀਂ ਇੱਕ ਵਾਰੀ MP ਬਣਾਉਂਦੇ ਹੋ, ਮਾਤਾ ਦੀ ਸੌਂਹ ਲੱਗੇ, ਮੈਂ ਪੰਜਾਬ ਦਾ ਇੱਕ ਵਾਰੀ ਵੱਖਰਾ ਇਤਿਹਾਸ ਬਣਾਊਂਗਾ ਵੀ ਕੁਝ ਬੰਦੇ ਨੇ ਕੰਮ ਕਰਕੇ ਦਿਖਾਏ। ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ 7 'ਚ ਤੁਹਾਡਾ ਸਵਾਗਤ ਹੈ। ਮੈਂ ਮਨੀ, ਅੱਜ ਤੁਹਾਨੂੂੰ ਮਿਲਾਉਂਦਾ ਨੀਟੂ ਸ਼ਟਰਾਂ ਵਾਲੇ ਜੀ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ, ਹਲਾ ਲੁਈਆ ਗੌਂਸ ਪਾਕ ਖੁਸ਼ਾਂ ਦਾ, ਅੱਲਾ ਤਾਲਾ ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨ, ਮੈਨੂੰ ਬਖਸ਼ ਲਓ। ਜਕਾਰਾ ਮਾਂ ਚਿੰਤਪੁਰਨੀ ਦਾ। ਸਰ ਆਪਾਂ ਸੁਣਿਆ ਤੁਸੀਂ ਮੋਦੀ ਨੂੰ ਚੈਲੇਂਜ ਕਰਤਾ ਸੀਗਾ। ਦੇਖੋ ਮੇਰੇ ਸੁਪਨਾ ਸੀਗਾ ਕਿ ਮੈਂ ਵੀ ਨਰਿੰਦਰ ਮੋਦੀ ਵਾਂਗੂੰ ਬਣ ਕੇ ਵਧੀਆ ਕੰਮ ਕਰਕੇ ਦਿਖਾਵਾਂ, ਪਰ ਮੈਨੂੰ ਉੱਥੇ ਫਾਈਲ ਨਹੀਂ ਭਰਨ ਦਿੱਤੀ ਗਈ ਕਿਉਂਕਿ ਸ਼ਨੀਵਾਰ ਛੁੱਟੀ, ਐਤਵਾਰ ਛੁੱਟੀ, ਸੋਮਵਾਰ ਰੈਲੀ ਕਰਤੀ, ਮੰਗਲਵਾਰ ਉਹਨਾਂ ਫਾਈਲ ਭਰਨਾ, ਸਿਰਫ 3 ਦਿਨ ਮਿਲੇ। ਚੋਣ ਕਮਿਸ਼ਨਰ ਸਾਹਿਬ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਜੇ 7 ਤੋਂ ਲੈ ਕੇ 14 ਤੱਕ ਸਾਨੂੰ ਤੁਸੀਂ ਦਿੱਤਾ ਟਾਈਮ, ਅਤੇ ਉਹ ਟਾਈਮ ਪੂਰਾ ਦੇਣਾ ਚਾਹੀਦਾ ਸੀ ਤੁਹਾਨੂੰ। ਸਾਨੂੰ ਬਹੁਤ ਅਫਸੋਸ, ਸਾਡੇ ਬਹੁਤ ਪੈਸੇ ਲੱਗ ਗਏ, ਅਸੀਂ ਬਰਬਾਦ ਹੋ ਗਏ ਹਾਂ। ਅਸੀਂ ਜ਼ਿੰਦਗੀ 'ਤੇ ਕਦੀ ਵੀ ਕਿਸੇ ਦਾ ਮਾੜਾ ਨਹੀਂ ਕੀਤਾ, ਪਰ ਰੱਬ ਜਾਣਦਾ ਕਿ ਇਹ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਵਾ ਵੀ ਤੁਸੀਂ ਕਿਤੇ ਵੀ ਜਾ ਖੜ੍ਹੇ ਹੋ ਸਕਦੇ ਹੋ, ਲੜ ਸਕਦੇ ਹੋ, ਤੁਹਾਡਾ ਲੜਨਾ ਫਰਜ਼ ਬਣਦਾ। ਅਤੇ ਆਪਾਂ ਲੜੇ ਹਾਂ ਅਤੇ ਆਪਾਂ ਖੜ੍ਹੇ ਹਾਂ ਕਿਸਾਨਾਂ ਵਾਸਤੇ, ਜਵਾਨਾਂ ਵਾਸਤੇ, ਡਰਾਈਵਰਾਂ ਵਾਸਤੇ, ਹੋਰ ਵੀ ਕਈ ਮਜ਼ਦੂਰਾਂ ਵਾਸਤੇ, ਐਜੂਕੇਸ਼ਨ ਵਾਸਤੇ, ਕਿਉਂਕਿ ਮਹਿੰਗਾਈ ਦਿਨ ਬ ਦਿਨ ਵਧੀ ਜਾਂਦੀ ਪਈ ਆ। ਜੇ ਪ੍ਰਧਾਨ ਮੰਤਰੀ ਜੀ ਨੂੰ ਆਪਾਂ ਨਹੀਂ ਦੱਸਾਂਗੇ ਜਾਂ ਉਹਨਾਂ ਦੇ ਸਾਹਮਣੇ ਨਹੀਂ ਖੜ੍ਹੇ ਹੋਵਾਂਗੇ ਤਾਂ ਫਿਰ ਤੋਂ ਇੱਕ ਤਰਫਾ ਰਾਜ ਹੋ ਜਾਣਾ, ਫਿਰ ਤੋਂ ਰਾਮ ਰਾਜ ਨਹੀਂ ਰਹੇਗਾ। ਕਿਉਂਕਿ ਜਿਸ ਪ੍ਰਭੂ ਸ਼੍ਰੀ ਰਾਜਾ ਰਾਮ ਚੰਦਰ ਜੀ ਸੀਗੇ, ਮਾਤਾ ਰਾਣੀ ਕਿਰਪਾ ਕਰੇ ਸਭ 'ਤੇ, ਸਾਰੇ ਖੁਸ਼ੀ ਇਸ ਖੁਸ਼ ਤਿਉਹਾਰ ਵਸਣ। ਔਰ ਆਪਾਂ ਰੱਬ ਤੋਂ ਇਹੀ ਦੁਆ ਮੰਗਦੇ ਹਾਂ ਵੀ ਸਾਰੇ ਜਣੇ ਇੱਕ ਵਾਰੀ ਮੇਰੇ ਬਾਰੇ ਮੈਨੂੰ ਵੀ ਬਣਾ ਕੇ ਦੇਖੋ, ਮੈਂ ਜੇ 4 ਘੰਟੇ 'ਤੇ ਪ੍ਰਧਾਨ ਮੰਤਰੀ ਬਣ ਗਿਆ, ਮੈਂ ਪੂਰਾ ਦੇਸ਼ ਅਤੇ ਪੂਰਾ ਇੰਡੀਆ ਅਮੀਰ ਕਰਾਂਗਾ। ਜੇ ਮੈਂ ਤੁਸੀਂ ਇੱਕ ਵਾਰੀ MP ਬਣਾਉਂਦੇ ਹੋ, ਮਾਤਾ ਦੀ ਸੌਂਹ ਲੱਗੇ, ਮੈਂ ਪੰਜਾਬ ਦਾ ਇੱਕ ਵਾਰੀ ਵੱਖਰਾ ਇਤਿਹਾਸ ਬਣਾਊਂਗਾ ਵੀ ਕੁਝ ਬੰਦੇ ਨੇ ਕੰਮ ਕਰਕੇ ਦਿਖਾਏ। ਅਤੇ ਤੁਹਾਡੀ ਪਾਰਟੀ 'ਚ ਭਾਬੀ ਜੀ ਵੀ ਹੈ? ਦੇਖੋ ਸਾਡੇ 13 ਦਾ ਜਿਹੜਾ ਕੈਂਡੀਡੇਟ ਖੜ੍ਹੇ ਆ, ਔਰ ਅਸੀਂ ਅਯੋਧਿਆ ਮੱਥਾ ਟੇਕਿਆ ਹਾਂ, ਅਤੇ ਅਸੀਂ ਉੱਥੇ ਭਗਵਾਨ ਆਪਣਾ ਉੱਥੇ ਨਾਲ ਉੱਥੇ ਵੀ ਗਏ ਜੀ, ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਉੱਥੇ ਵੀ ਗਏ ਜੀ, ਸਤਿਗੁਰੂ ਰਵਿਦਾਸ 'ਚ ਚਰਨਾਂ ਮਹਾਰਾਜ ਰਹਿ ਕੇ ਅਸੀਂ ਬੜਾ ਆਨੰਦ ਪਾਇਆ। ਇਲੈਕਸ਼ਨ ਜਿੱਤੀਏ ਜਾਂ ਹਾਰੀ ਸਾਨੂੰ ਉਹਦਾ ਕੋਈ ਦੁੱਖ ਨਹੀਂ, ਸਾਨੂੰ ਸਾਡਾ ਸੰਵਿਧਾਨ ਅਤੇ ਸਾਡੇ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਸੋਚ 'ਤੇ ਚੱਲੇ ਹਾਂ, ਸਾਨੂੰ ਕਿਸੇ ਨਾਲ ਕੋਈ ਲੈਂਦੇ ਨਹੀਂ। ਸਾਡਾ ਵਾਲਮੀਕ ਸਮਾਜ, ਗੁਰੂ ਰਵਿਦਾਸ ਸਮਾਜ ਔਰ ਮਹਾਸ਼ਾ ਸਮਾਜ, ਕਬੀਰਪੰਥੀ ਸਮਾਜ, ਇਹ ਜਦ ਵੀ ਕੋਈ ਸੰਵਿਧਾਨ ਨੂੰ ਚੈਲੇਂਜ ਕਰੇਗਾ, ਕਹੇਗਾ ਕਿ ਮੈਂ ਸੰਵਿਧਾਨ ਦੇ ਰਕਸ਼ਾ ਨੂੰ ਨਹੀਂ ਮੰਨਦਾ, ਅਤੇ ਅਸੀਂ ਉਸ ਬੰਦੇ ਨੂੰ ਬਿਲਕੁਲ ਨਹੀਂ ਮੰਨਦੇ, ਚਾਹੇ ਜਿਹੜਾ ਮਰਜ਼ੀ ਹੈ। ਸਰ ਹੁਣ ਤੁਸੀਂ ਆਏ ਪਾਰਟ 2 ਦਾ ਟ੍ਰੇਲਰ ਦੇਖਣ, ਨਹੀਂ ਮੈਂ ਸੱਸ ਕੁੱਟਣੀ, ਹੁਣ ਤੁਸੀਂ ਦੱਸੋ ਤੁਹਾਨੂੰ ਟ੍ਰੇਲਰ ਕਿਹੋ ਜਿਹਾ ਲੱਗਾ? ਬਹੁਤ ਵਧੀਆ ਜੀ, ਉਸ ਫਿਲਮ 'ਚ ਮੈਂ ਵੀ ਹੈਗਾ, ਬਹੁਤ ਵਧੀਆ ਲੱਗਾ, ਬਹੁਤ ਵਧੀਆ ਲੱਗਾ, ਬਹੁਤ ਪਿਆਰਾ। ਤੁਹਾਡਾ ਕੀ ਰੋਲ ਹੈ? ਮੇਰਾ ਵਿੱਚ ਮੰਤਰੀ ਦਾ ਰੋਲ ਹੈ, ਮੰਤਰੀ ਦਾ ਰੋਲ ਲੱਗਦਾ। ਅਤੇ ਅਸਲ 'ਚ ਤੁਹਾਨੂੰ ਜਿਹੜਾ ਚੋ ਨਿਸ਼ਾਨ ਹੈ ਕਿਹੜਾ ਮਿਲਿਆ? ਪੈਟਰੋਲ ਪੰਪ ਮੇਰੀ ਵਾਈਫ ਦਾ ਚੋ ਨਿਸ਼ਾਨ ਹੈਗਾ, ਆਟੋ ਰਿਕਸ਼ਾ ਅਤੇ ਮੇਰਾ ਪੈਟਰੋਲ ਪੰਪ ਹੈ, ਅਤੇ ਸਾਡੇ ਨਾਲ ਗੁਰਪ੍ਰੀਤ ਭਾਅ ਜੀ ਐਡਵੋਕੇਟ ਹੈ, ਉਹਨਾਂ ਦਾ ਨਾਂ ਹੈਕੀ ਅਤੇ ਹਾਕੀ ਅਤੇ ਬੋਲ।
ਸਰ ਤੁਸੀਂ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਮੈਨੂੰ ਚੁਣ ਕੇ ਲਿਆਓ? ਇੱਕ ਵਾਰੀ ਮੌਕਾ ਚਾਹੀਦਾ, ਨਹੀਂ ਤਾਂ ਜੁੱਤੀਆਂ ਮੇਰੇ ਸਿਰ 'ਚ ਮਾਰਿਓ। ਸਿਰਫ ਇੱਕ ਮੌਕਾ। ਇੱਕ ਐਮ ਪੀ ਨੂੰ 5 ਕਰੋੜ ਰੁਪਇਆ ਮਿਲਦਾ ਹਰ ਸਾਲ ਦਾ, ਅਤੇ ਜੇ 5 ਸਾਲ ਦਾ 25 ਕਰੋੜ ਰੁਪਇਆ ਕਿਸੇ ਐਮ ਪੀ ਨੇ ਖਰਚ ਕੀਤਾ, ਪੰਜਾਬ 'ਚ ਦਿਖਾ ਦਿਓ, ਕਿਸੇ ਸਟੇਟ ਦਿਖਾ ਦਿਓ। ਜੇ ਗੱਲ ਕਰੋ, ਮੈਂ ਸਵੇਰੇ ਬੀ ਜੇ ਪੀ 'ਚ ਜਾਣ ਨੂੰ ਤਿਆਰ ਹਾਂ ਕਿ ਜੇ ਬੀ ਜੇ ਪੀ ਮਣੀਪੁਰ ਦੇ ਕਾਂਡ ਦੇ ਵਿੱਚ ਜਿਹੜਾ 100 ਬੰਦਿਆਂ ਨੇ 2 ਕੁੜੀਆਂ ਨਾਲ ਰੇਪ ਕੀਤਾ ਸੀ, ਰੇਪ ਕਰਨ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਮਾਰਤੀਆਂ ਗਈਆਂ, ਉਸ ਮੁੱਖ ਮੰਤਰੀ ਨੂੰ ਫਾਂਸੀ ਮਿਲੇ, ਅਤੇ ਮੈਂ ਸਵੇਰੇ ਬੀ ਜੇ ਪੀ ਦੇ ਵਿੱਚ ਜਾਣ ਨੂੰ ਤਿਆਰ। ਸਰ ਲੇਹ ਲਦਾਖ 'ਚ ਵੀ ਇੱਕ ਸਾਇੰਟਿਸਟ ਜਿਹੜੇ ਮਸ਼ਹੂਰ ਹੈ, ਸੋਨਮ ਵਾਂਗਚੂ ਜੀ, ਉਹ ਵੀ ਧਰਨੇ 'ਚ ਬੈਠੇ ਬੀ ਜੇ ਪੀ ਖਿਲਾਫ਼ ਪਾਰਟੀਆਂ ਸੈਂਟਰ ਗੌਰਮੈਂਟ ਦੇ। ਦੇਖੋ ਮੇਰੀ ਗੱਲ ਸੁਣੋ, ਆਪਾਂ ਮਹਿੰਗਾਈ ਨੂੰ ਰੋਕਣ ਵਾਸਤੇ ਸਾਡਾ ਕੰਮ ਇਹ ਆ ਕਿ ਆਪਾਂ ਦੇਸ਼ ਵਾਸਤੇ ਸੁਰੱਖਿਆ ਵਾਸਤੇ ਸਾਨੂੰ ਕੁਛ ਵੀ ਕਰਨਾ ਪਿਆ ਅਸੀਂ ਕਰਾਂਗੇ, ਕਿਉਂਕਿ ਸਾਡੇ ਸੰਵਿਧਾਨ, ਸਾਡਾ ਜਿਹੜਾ ਸੰਵਿਧਾਨ ਆ, ਸਾਡਾ ਮਾਂ ਪਿਓ ਆ। ਜੇ ਕੋਈ ਸਾਡੇ ਸੰਵਿਧਾਨ ਨੂੰ ਬੋਲੇਗਾ ਤਾਂ ਸਾਨੂੰ ਗੱਲ ਕੱਢੀ ਹੈ, ਸਾਡੇ ਐਸ ਸੀ ਸਮਾਜ ਭਾਈਚਾਰੇ ਨੂੰ ਗੱਲ ਕੱਢੀ। ਜੇ ਐਸ ਸੀ ਭਾਈਚਾਰਾ ਸਮਝਦਾ, ਡਰਾਈਵਰ ਵੀਰ ਸਮਝਦੇ ਆ, ਕਿਸਾਨ ਵੀਰ ਸਮਝਦੇ ਆ, ਫਿਰ ਉਹ ਬੀ ਜੇ ਪੀ ਸਰਕਾਰ ਨਾਲ ਨਹੀਂ ਚੱਲਣਗੇ। ਅਤੇ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਹੁਣ ਜੇ ਮੋਦੀ ਸਾਹਿਬ ਜੇ ਇੱਦਾਂ ਕਰ ਰਿਹਾ, ਕਦੀ ਕੇਜਰੀਵਾਲ ਨੂੰ ਅੰਦਰ ਕਰਾਤਾ, ਕਦੀ ਰਾਹੁਲ ਗਾਂਧੀ ਨੂੰ ਕਰਾਤਾ, ਕਹਿੰਦੇ ਹੁਣ ਭਗਵੰਤ ਮਾਨ ਦੀ ਵਾਰੀ ਹੈ, ਕੱਲ੍ਹ ਨੂੰ ਕਹਿਣਗੇ ਮੇਰੀ ਵਾਰੀ ਹੈ, ਪਰਸੋਂ ਨੂੰ ਕਹਿਣਾ ਪੂਰਾ ਦੇਸ਼ ਅੰਦਰ ਕਰ ਦਿਓ। ਇਹ ਤਾਂ ਉਹਨਾਂ ਦੀ ਮਨਮਾਨੀ ਹੋ ਗਈ, ਮਨਮਾਨੀ ਨਹੀਂ ਚੱਲਣੀ ਚਾਹੀਦੀ। ਇੱਥੇ ਸਾਰਿਆਂ ਵਾਸਤੇ ਕੈਂਡੀਡੇਟ ਇੱਕ ਹੋਣਾ ਚਾਹੀਦਾ, ਜਿਹੜਾ ਚੋਣ ਕਮਿਸ਼ਨਰ ਸਾਹਿਬ ਦੇ ਅੱਗੇ ਆਪਾਂ ਜੋੜ ਕੇ ਬੇਨਤੀ ਕਰਨਾ, 7 ਦਿਨ ਦਿੱਤੇ ਸਾਨੂੰ, 7 ਦਿਨ ਦੇ ਵਿੱਚ ਕੋਈ ਛੁੱਟੀ ਨਹੀਂ ਚਾਹੀਦੀ ਸੀ, ਔਰ 200 ਬੰਦਾ ਫਾਰਮ ਭਰਨ ਵਾਲਾ ਸੀ, ਜਿਨ੍ਹਾਂ ਦੇ ਵਿੱਚੋਂ 14 ਜਾਂ 15 ਬੰਦੇ ਫਾਰਮ ਭਰੇ, 80 ਤਾਂ ਬਹੁਤ ਬੁਰਾ ਹਾਲ ਸੀਗਾ। ਮੈਂ ਖੁਦ ਉੱਥੇ ਦਾ ਦੇਖ ਕੇ ਆਇਆ ਸਾਰਾ ਹਾਲਾਤ, ਮੈਨੂੰ ਰੋਣਾ ਆਉਂਦਾ ਪਿਆ ਵਾਰਾਣਸੀ ਵੱਲ ਵੇਖ ਵੇਖ ਕੇ। ਤੁਸੀਂ ਅੱਜ ਰਾਹੁਲ ਗਾਂਧੀ ਜੀ ਨੂੰ ਨਹੀਂ ਮਿਲ ਕੇ ਆਏ? ਅੱਜ ਉਹਨਾਂ ਦੀ ਰੈਲੀ ਸੀ ਚੰਡੀਗੜ੍ਹ ਦੇ ਵਿੱਚ। ਦੇਖੋ ਮੈਂ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ, ਮੈਂ ਕਹਿੰਦਾ ਜਿਹੜਾ ਦੇਸ਼ 'ਚ ਬੰਦਾ ਵਧੀਆ ਕੰਮ ਕਰਦਾ, ਚਾਹੇ ਬੀਜੇਪੀ ਹੈ, ਚਾਹੇ ਕਾਂਗਰਸ, ਚਾਹੇ ਅਕਾਲੀ ਦਲ, ਚਾਹੇ ਆਮ ਆਦਮੀ ਪਾਰਟੀ, ਚਾਹੇ ਬਹੁਜਨ ਸਮਾਜ ਪਾਰਟੀ, ਚਾਹੇ ਅਕਾਲੀ ਦਲ ਹੈ, ਕੋਈ ਵੀ ਸਰਕਾਰ ਆ, ਕੋਈ ਕੰਮ ਚੰਗਾ ਕਰਦੀ ਫਿਰ ਆਪਾਂ ਨੂੰ ਖੜ੍ਹੇ ਹੋਣ ਦਾ ਮਤਲਬ ਹੀ ਨਹੀਂ ਬਣਦਾ, ਅਤੇ ਜੇ ਚੰਗਾ ਕੰਮ ਨਹੀਂ ਕਰੇਗੀ ਉਹਦੇ ਵਿਰੋਧ 'ਚ ਲੋਕ ਖੜ੍ਹੇ ਹੁੰਦੇ, ਉਹਦੇ ਸ਼ਾਸਨ 'ਤੇ ਖੜ੍ਹੇ ਹੁੰਦੇ, ਔਰ ਸੰਵਿਧਾਨ ਦੇ ਵਿੱਚ ਲਿਖਿਆ, ਸੰਵਿਧਾਨ ਦੇ ਗਾਈਡ ਨੂੰ ਆਪਾਂ ਅਪਣਾ ਕੇ ਕਰ ਰਹੇ, ਔਰ ਆਪਾਂ ਪ੍ਰਭੂ ਸ਼੍ਰੀ ਰਾਜ ਰਾਮਚੰਦਰ ਦੀ ਪੂਰੀ ਕਿਰਪਾ, ਮਾਤਾ ਸ਼ੇਰਾਂ ਵਾਲੀ ਦੀ ਕਿਰਪਾ। ਜੈ ਸ਼੍ਰੀ ਰਾਮ।